ਅਸੀਂ ਜਿੱਤਦੇ ਚਾਹਦੇ ਜਿਮਨੀ ਚੋਣਾਂ ਜਿੱਤਾਂਗੇ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਹੋਦੀਆਂ ਚਮਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਜਿੱਤੂਗੀ ਡੇਰੇ ਬਾਬੇ ਨਾਨਕ ਦੇ ਵਿੱਚ ਤੇ ਆਪਾਂ ਚਾਰਜ ਲਾਇਆ ਸਾਨੂੰ ਸੀਐਮ ਸਾਹਿਬ ਨੇ ਉਹ ਵੀ ਜਿੱਤ ਕੇ ਦਾਂਗੇ ਵਧੀਆ ਥੋੜੀਆਂ ਵੋਟਾਂ ਤੇ ਅਸੀਂ ਹਰੇ ਸੀਗੇ ਕਿਉਂਕਿ ਉਹ ਤੰਦਾਵਾਜੀ ਦਾ ਆਪਣਾ ਨਿੱਜੀ ਹਲਕਾ ਉਹਦੇ ਕਰਕੇ ਬਟ ਹੁਣ ਮਤਲਬ ਜਿਹੜਾ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਹਰਾ ਦਿੱਤਾ ਜਿਮਨੀ ਚੋਣ ਹੋ ਰਹੀ ਆ ਅਸੀਂ ਜਿੱਤਦੇ ਚਾਹਦੇ ਜਿਮਨੀ ਚੋਣਾਂ ਜਿੱਤਾਂਗੇ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਹੋਦੀਆਂ ਚਮਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਜਿੱਤੂਗੀ ਔਰ ਡੇਰੇ ਬਾਬੇ ਨਾਨਕ ਦੇ ਵਿੱਚ ਤੇ ਆਪਾਂ ਚਾਰਜ ਲਾਇਆ ਸਾਨੂੰ ਸੀਐਮ ਸਾਹਿਬ ਨੇ ਉਹ ਵੀ ਜਿੱਤ ਕੇ ਦਾਂਗੇ ਵਧੀਆ ਥੋੜ੍ਹਾ ਹੀ ਲੋਕ ਸਭਾ 'ਚ ਵੀ ਬਹੁਤ ਵਧੀਆ ਪ੍ਰਦਰਸ਼ਨ ਸੀ ਸਾਡੀ ਪਾਰਟੀ ਦਾ ਥੋੜ੍ਹੀਆਂ ਹੀ ਵੋਟਾਂ 'ਤੇ ਅਸੀਂ ਹਰੇ ਸੀਗੇ ਕਿਉਂਕਿ ਉਹ ਤੰਦਾਵਾਜੀ ਦਾ ਆਪਣਾ ਨਿੱਜੀ ਹਲਕਾ ਉਹਦੇ ਕਰਕੇ ਬਟ ਹੁਣ ਮਤਲਬ ਜਿਹੜਾ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਹਰਾ ਦਿੱਤਾ ਇੱਕ ਪਾਸੇ ਅਲੀ ਸਾਹਿਬ ਦੇ ਫੈਮਿਲੀ ਮੈਂਬਰ ਨੇ ਇੱਕ ਪਾਸੇ ਕਾਂਗਰਸ ਸਾਹਿਬ ਨੇ ਕਿਸ ਤਰੀਕੇ ਨਾਲ ਦੇਖਦੇ ਨਹੀਂ ਨਹੀਂ ਉਹ ਦੋ ਪਰਿਵਾਰਾਂ ਦਾ ਪੁਰਾਣਾ ਕਬਜ਼ਾ ਹੀ ਉਹ ਪੁਰਾਣੀਆਂ ਰੀਤਾਂ ਖਤਮ ਹੋ ਗਈਆਂ ਹੁਣ ਪਹਿਲਾਂ ਲੜਾਈ ਦੋ ਪਰਿਵਾਰਾਂ ਦੀ ਕਾਲੋ ਤੇ ਰਧਾਵਾ ਪਰਿਵਾਰ 'ਚ ਹੁਣ ਲੋਕ ਉਹਨਾਂ ਚੀਜ਼ਾਂ ਨੂੰ ਭੁੱਲ ਗਏ ਲੋਕ ਸਮਝਦੇ ਆ ਕਿ ਨਵੇਂ ਲੋਕ ਅੱਗੇ ਆਉਣੇ ਚਾਹੀਦੇ ਆ ਸਾਰੇ ਪੰਜਾਬ 'ਚ ਹੀ ਲੋਕਾਂ ਨੇ ਚੀਜ਼ਾਂ ਰੱਦ ਕਰਤੀਆਂ ਐਤਕਾ ਡੇਰੇ ਬਾਬੇ ਨਾਨਕ ਜੀ ਵਿੱਚ ਚੀਜ਼ਾਂ ਰੱਦ ਹੋਈ ਜਿਮਨੀ ਚੋਣ ਹੋ ਰਹੀ ਆ ਅਸੀਂ ਜਿੱਤਦੇ ਚਾਹਦੇ ਜਿਮਨੀ ਚੋਣਾਂ ਜਿੱਤਾਂਗੇ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਹੋਦੀਆਂ ਚਮਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਜਿੱਤੂਗੀ ਔਰ ਡੇਰੇ ਬਾਬੇ ਨਾਨਕ ਦੇ ਵਿੱਚ ਤੇ ਆਪਾਂ ਚਾਰਜ ਲਾਇਆ ਸਾਨੂੰ ਸੀਐਮ ਸਾਹਿਬ ਨੇ ਉਹ ਵੀ ਜਿੱਤ ਕੇ ਦਾਂਗੇ ਵਧੀਆ ਥੋੜ੍ਹਾ ਹੀ ਲੋਕ ਸਭਾ 'ਚ ਵੀ ਬਹੁਤ ਵਧੀਆ ਪ੍ਰਦਰਸ਼ਨ ਸੀ ਸਾਡੀ ਪਾਰਟੀ ਦਾ ਥੋੜ੍ਹੀਆਂ ਹੀ ਵੋਟਾਂ 'ਤੇ ਅਸੀਂ ਹਰੇ ਸੀਗੇ ਕਿਉਂਕਿ ਉਹ ਤੰਦਾਵਾਜੀ ਦਾ ਆਪਣਾ ਨਿੱਜੀ ਹਲਕਾ ਉਹਦੇ ਕਰਕੇ ਬਟ ਹੁਣ ਮਤਲਬ ਜਿਹੜਾ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਹਰਾ ਦਿੱਤਾ ਇੱਕ ਪਾਸੇ ਅਲੀ ਸਾਹਿਬ ਦੇ ਫੈਮਿਲੀ ਮੈਂਬਰ ਨੇ ਇੱਕ ਪਾਸੇ ਕਾਂਗਰਸ ਸਾਹਿਬ ਨੇ ਕਿਸ ਤਰੀਕੇ ਨਾਲ ਦੇਖਦੇ ਨਹੀਂ ਨਹੀਂ ਉਹ ਦੋ ਪਰਿਵਾਰਾਂ ਦਾ ਪੁਰਾਣਾ ਕਬਜ਼ਾ ਹੀ ਉਹ ਪੁਰਾਣੀਆਂ ਰੀਤਾਂ ਖਤਮ ਹੋ ਗਈਆਂ ਹੁਣ ਪਹਿਲਾਂ ਲੜਾਈ ਦੋ ਪਰਿਵਾਰਾਂ ਦੀ ਕਾਲੋ ਤੇ ਰਧਾਵਾ ਪਰਿਵਾਰ 'ਚ ਹੁਣ ਲੋਕ ਉਹਨਾਂ ਚੀਜ਼ਾਂ ਨੂੰ ਭੁੱਲ ਗਏ ਲੋਕ ਸਮਝਦੇ ਆ ਕਿ ਨਵੇਂ ਲੋਕ ਅੱਗੇ ਆਉਣੇ ਚਾਹੀਦੇ ਆ ਸਾਰੇ ਪੰਜਾਬ 'ਚ ਹੀ ਲੋਕਾਂ ਨੇ ਚੀਜ਼ਾਂ ਰੱਦ ਕਰਤੀਆਂ ਐਤਕਾ ਡੇਰੇ ਬਾਬੇ ਨਾਨਕ ਜੀ ਵਿੱਚ ਚੀਜ਼ਾਂ ਰੱਦ ਹੋਈ ਜਿਮਨੀ ਚੋਣ ਹੋ ਰਹੀ ਆ ਅਸੀਂ ਜਿੱਤਦੇ ਚਾਹਦੇ ਜਿਮਨੀ ਚੋਣਾਂ ਜਿੱਤਾਂਗੇ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਹੋਦੀਆਂ ਚਮਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਜਿੱਤੂਗੀ ਔਰ ਡੇਰੇ ਬਾਬੇ ਨਾਨਕ ਦੇ ਵਿੱਚ ਤੇ ਆਪਾਂ ਚਾਰਜ ਲਾਇਆ ਸਾਨੂੰ ਸੀਐਮ ਸਾਹਿਬ ਨੇ ਉਹ ਵੀ ਜਿੱਤ ਕੇ ਦਾਂਗੇ ਵਧੀਆ ਥੋੜ੍ਹਾ ਹੀ ਲੋਕ ਸਭਾ 'ਚ ਵੀ ਬਹੁਤ ਵਧੀਆ ਪ੍ਰਦਰਸ਼ਨ ਸੀ ਸਾਡੀ ਪਾਰਟੀ ਦਾ ਥੋੜ੍ਹੀਆਂ ਹੀ ਵੋਟਾਂ 'ਤੇ ਅਸੀਂ ਹਰੇ ਸੀਗੇ ਕਿਉਂਕਿ ਉਹ ਤੰਦਾਵਾਜੀ ਦਾ ਆਪਣਾ ਨਿੱਜੀ ਹਲਕਾ ਉਹਦੇ ਕਰਕੇ ਬਟ ਹੁਣ ਮਤਲਬ ਜਿਹੜਾ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਹਰਾ ਦਿੱਤਾ ਇੱਕ ਪਾਸੇ ਅਲੀ ਸਾਹਿਬ ਦੇ ਫੈਮਿਲੀ ਮੈਂਬਰ ਨੇ ਇੱਕ ਪਾਸੇ ਕਾਂਗਰਸ ਸਾਹਿਬ ਨੇ ਕਿਸ ਤਰੀਕੇ ਨਾਲ ਦੇਖਦੇ ਨਹੀਂ ਨਹੀਂ ਉਹ ਦੋ ਪਰਿਵਾਰਾਂ ਦਾ ਪੁਰਾਣਾ ਕਬਜ਼ਾ ਹੀ ਉਹ ਪੁਰਾਣੀਆਂ ਰੀਤਾਂ ਖਤਮ ਹੋ ਗਈਆਂ ਹੁਣ ਪਹਿਲਾਂ ਲੜਾਈ ਦੋ ਪਰਿਵਾਰਾਂ ਦੀ ਕਾਲੋ ਤੇ ਰਧਾਵਾ ਪਰਿਵਾਰ 'ਚ ਹੁਣ ਲੋਕ ਉਹਨਾਂ ਚੀਜ਼ਾਂ ਨੂੰ ਭੁੱਲ ਗਏ ਲੋਕ ਸਮਝਦੇ ਆ ਕਿ ਨਵੇਂ ਲੋਕ ਅੱਗੇ ਆਉਣੇ ਚਾਹੀਦੇ ਆ ਸਾਰੇ ਪੰਜਾਬ 'ਚ ਹੀ ਲੋਕਾਂ ਨੇ ਚੀਜ਼ਾਂ ਰੱਦ ਕਰਤੀਆਂ ਐਤਕਾ ਡੇਰੇ ਬਾਬੇ ਨਾਨਕ ਜੀ ਵਿੱਚ ਚੀਜ਼ਾਂ ਰੱਦ ਹੋਈ ਜਿਮਨੀ ਚੋਣ ਹੋ ਰਹੀ ਆ ਅਸੀਂ ਜਿੱਤਦੇ ਚਾਹਦੇ ਜਿਮਨੀ ਚੋਣਾਂ ਜਿੱਤਾਂਗੇ ਆਪਾਂ ਪੰਜਾਬ ਦੇ ਵਿੱਚ ਜਿਹੜੀਆਂ ਹੋਦੀਆਂ ਚਮਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਜਿੱਤੂਗੀ ਔਰ ਡੇਰੇ ਬਾਬੇ ਨਾਨਕ ਦੇ ਵਿੱਚ ਤੇ ਆਪਾਂ ਚਾਰਜ ਲਾਇਆ ਸਾਨੂੰ ਸੀਐਮ ਸਾਹਿਬ ਨੇ ਉਹ ਵੀ ਜਿੱਤ ਕੇ ਦਾਂਗੇ ਵਧੀਆ ਥੋੜ੍ਹਾ ਹੀ ਲੋਕ ਸਭਾ 'ਚ ਵੀ ਬਹੁਤ ਵਧੀਆ ਪ੍ਰਦਰਸ਼ਨ ਸੀ ਸਾਡੀ ਪਾਰਟੀ ਦਾ ਥੋੜ੍ਹੀਆਂ ਹੀ ਵੋਟਾਂ 'ਤੇ ਅਸੀਂ ਹਰੇ ਸੀਗੇ ਕਿਉਂਕਿ ਉਹ ਤੰਦਾਵਾਜੀ ਦਾ ਆਪਣਾ ਨਿੱਜੀ ਹਲਕਾ ਉਹਦੇ ਕਰਕੇ ਬਟ ਹੁਣ ਮਤਲਬ ਜਿਹੜਾ ਉਹਨਾਂ ਨੂੰ ਵੱਡੀ ਲੀਡ ਦੇ ਨਾਲ ਹਰਾ ਦਿੱਤਾ ਇੱਕ ਪਾਸੇ ਅਲੀ ਸਾਹਿਬ ਦੇ ਫੈਮਿਲੀ ਮੈਂਬਰ ਨੇ ਇੱਕ ਪਾਸੇ ਕਾਂਗਰਸ ਸਾਹਿਬ ਨੇ ਕਿਸ ਤਰੀਕੇ ਨਾਲ ਦੇਖਦੇ ਨਹੀਂ ਨਹੀਂ ਉਹ ਦੋ ਪਰਿਵਾਰਾਂ ਦਾ ਪੁਰਾਣਾ ਕਬਜ਼ਾ ਹੀ ਉਹ ਪੁਰਾਣੀਆਂ ਰੀਤਾਂ ਖਤਮ ਹੋ ਗਈਆਂ ਹੁਣ ਪਹਿਲਾਂ ਲੜਾਈ ਦੋ ਪਰਿਵਾਰਾਂ ਦੀ ਕਾਲੋ ਤੇ ਰਧਾਵਾ ਪਰਿਵਾਰ 'ਚ ਹੁਣ ਲੋਕ ਉਹਨਾਂ ਚੀਜ਼ਾਂ ਨੂੰ ਭੁੱਲ ਗਏ ਲੋਕ ਸਮਝਦੇ ਆ ਕਿ ਨਵੇਂ ਲੋਕ ਅੱਗੇ ਆਉਣੇ ਚਾਹੀਦੇ ਆ ਸਾਰੇ ਪੰਜਾਬ 'ਚ ਹੀ ਲੋਕਾਂ ਨੇ ਚੀਜ਼ਾਂ ਰੱਦ ਕਰਤੀਆਂ ਐਤਕਾ ਡੇਰੇ ਬਾਬੇ ਨਾਨਕ ਜੀ ਵਿੱਚ ਚੀਜ਼ਾਂ ਰੱਦ ਹੋਈਆਂ।